ਕੌਮ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦਾ ਸਾਧਨ ਕੇਵਲ ਸਿੱਖ ਰਹਿਤ ਮਰਿਆਦਾ ਹੈ, ਜਿਹਦੇ ਖਿਲਾਫ ਕੋਈ ਵਿਅਕਤੀ ਨਹੀਂ ਜਾ ਸਕਦਾ। ਗੁਰਦੁਆਰਿਆਂ ਦੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ ਇੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ, ਪਰ ਗੁਰਮੁਖ ਪਿਆਰਿਓ, ਜੇ ਗੁਰਦੁਆਰਿਆਂ ਦੇ ਵਿੱਚ ਅੱਜ ਉਹ ਮਰਿਆਦਾ ਨਾ ਰਹੇ, ਗੁਰੂ ਦੀ ਮਰਿਆਦਾ ਅੱਜ ਫਿਰ ਮਹੰਤ ਕਬਜ਼ਾ ਕਰ ਲੈਣ, ਫਿਰ ਪੰਡਿਤਵਾਦੀ ਬ੍ਰਾਹਮਣਵਾਦੀ ਰਸਮਾਂ ਰਿਵਾਜ ਆ ਜਾਣ, ਤਾਂ ਮੈਂ ਸਮਝਦਾ ਹਾਂ ਇਹਨਾਂ ਕੁਰਬਾਨੀਆਂ ਦਾ ਫਿਰ ਕੋਈ ਮੁੱਲ ਪਿਆ ਹੋਇਆ ਨਹੀਂ ਜੇ ਗਿਣਿਆ ਜਾ ਸਕਦਾ। ਇੱਕ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ, ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਕਾਲਜ ਬਣਾਇਆ ਗਿਆ, ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਕਈ ਕਹਿੰਦੇ ਨੇ ਮਿਸ਼ਨਰੀ ਸ਼ਬਦ ਕਿੱਥੋਂ ਨਿਕਲਿਆ, ਮੈਨੂੰ ਹੁਣੇ ਕਿਸੇ ਵੀਰ ਨੇ ਕਿਹਾ, ਮੈਂ ਤਾਂ ਜਵਾਬ ਦੇਣ ਲੱਗਿਆ ਹਾਂ, ਨਹੀਂ ਤਾਂ ਮੈਂ ਸਾਂਝਾ ਪ੍ਰਚਾਰਕ ਹਾਂ, ਨਾ ਮੇਰਾ ਮਿਸ਼ਨਰੀ ਕਾਲਜ ਨਾਲ ਕੋਈ ਸੰਬੰਧ ਹੈ, ਨਾ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕੇਡਰ ਨਾਲ, ਨਾ ਕਿਸੇ ਸੰਪਰਦਾ ਨਾਲ, ਮੈਂ ਤਾਂ ਗੁਰੂ ਘਰ ਦਾ ਪ੍ਰਚਾਰਕ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਝੰਡਾ ਬਰਦਾਰ ਹਾਂ। ਮੈਂ ਬੇਨਤੀ ਕਰਾਂ, ਮਿਸ਼ਨਰੀ ਸ਼ਬਦ ਇੱਥੋਂ ਨਿਕਲਿਆ ਹੈ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਬਣਾਇਆ ਗਿਆ ਸੀ, ਉਹਦੇ ਬਾਅਦ ਧਰਮ ਪ੍ਰਚਾਰ ਕਰਨ ਵਾਸਤੇ ਕੁਝ ਜਥੇਬੰਦੀਆਂ ਨੇ ਆਪਣਾ ਨਾਮ ਮਿਸ਼ਨਰੀ ਕਾਲਜ ਰੱਖ ਲਿਆ। ਅਰਥ ਇੱਕ ਹੀ ਹੈ, ਗੁਰੂ ਨਾਨਕ ਦੇ ਘਰ ਦਾ ਮਿਸ਼ਨ ਹੈ ਸੱਚ ਦਾ ਪ੍ਰਚਾਰ, ਸੱਚ ਦੀ ਵਿਚਾਰਧਾਰਾ ਦਾ ਪ੍ਰਚਾਰ, ਉਹਦੇ ਵਾਸਤੇ ਹਰ ਕੁਰਬਾਨੀ ਦੇਣ ਵਾਸਤੇ ਤਿਆਰ ਰਹਿਣਾ। ਪ੍ਰਚਾਰ ਨੂੰ ਹੀ ਪ੍ਰਚਾਰ ਦਾ ਮਿਸ਼ਨ ਬਣਾ ਕੇ ਇੰਗਲਿਸ਼ ਦਾ ਇੱਕ ਸ਼ਬਦ ਦਿੱਤਾ ਗਿਆ, ਇਸ ਵਾਸਤੇ ਇਹਨਾਂ ਸ਼ਬਦਾਂ ਦੇ ਨਾਲ ਆਪਸ ਦੇ ਵਿੱਚ ਬਹਿਸ ਬਸਈਆ ਸਾਨੂੰ ਨਹੀਂ ਕਰਨਾ ਚਾਹੀਦਾ। ਸਾਰੀਆਂ ਪਰੰਪਰਾਵਾਂ, ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ ਮਿਲ ਕੇ ਹੀ ਪੰਥ ਬਣਦਾ, ਸਾਨੂੰ ਮਿਲ ਵਰਤਣ ਦੇ ਵਿੱਚ ਰਹਿਣਾ ਚਾਹੀਦਾ। ਜਿਵੇਂ ਮਿਲ ਕੇ ਕੁਰਬਾਨੀਆਂ ਕੀਤੀਆਂ, ਮਹੰਤਾਂ ਨੂੰ ਭਜਾਇਆ, ਅੱਜ ਸਾਨੂੰ ਮਿਲ ਕੇ ਪਖੰਡਵਾਦ ਨੂੰ ਭਜਾ ਦੇਣਾ ਚਾਹੀਦਾ ਹੈ, ਤਾਂ ਹੀ ਉਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦਾ ਅਸੀਂ ਕੁਝ ਮੁੱਲ ਪਾ ਸਕਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।